ਸਾਨੂੰ ਲੱਗਦਾ ਕਿ ਜਨਰਿਕ ਮੈਡੀਸਿਨ ਜਾਂ ਫਿਰ ਇਸ ਤਰ੍ਹਾਂ ਦਵਾਈਆਂ ਬੜੀ ਸਸਤੀਆਂ ਉਹ ਅਸਰ ਕਰਦੀਆਂ ਨੇ। ਯਕੀਨ ਕਰੋ ਸਾਨੂੰ 12 ਸਾਲ ਹੋ ਗਏ PGI ਦੇ ਵਿੱਚ, ਜੋ ਬ੍ਰਾਂਡਡ ਮੈਡੀਸਿਨ ਅਸਰ ਕਰਦੀ ਹੈ ਨਾ, ਸੇਮ ਸੋਲਟ ਵਾਲੀ ਜਨਰਿਕ ਮੈਡੀਸਿਨ ਅਸਰ ਹੀ ਨਹੀਂ ਕਰਦੀ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਹੈ ਨਾ, ਇੱਥੇ ਦਵਾਈਆਂ ਦੀ ਸੀ, ਹਾਂਜੀ, ਜਿਹੜੇ ਆਪਣੇ ਸਪਿਟਲ ਲੈਣ ਤੋਂ ਦਵਾਈ ਆਉਂਦੀ ਸੀ ਨਾ, ਅਲਟਰਨ ਬੋਪੈਕ ਉਹਦਾ, ਹਾਂ, ਉਹ 15,000 ਦਾ ਪੱਤਾ ਜੀ, 100 mg ਦਾ, ਉਹ ਦਵਾਈ ਅਸਰ ਹੀ ਕਰਦੀ ਆ, ਇੱਥੇ ਜਿੰਨੇ ਮਰਜ਼ੀ ਖਾ ਲਏ। ਉਹ 60,000 ਦਾ, ਨਹੀਂ ਉਹ 15,000 ਦਾ ਇੱਕ ਟੀਕਾ ਵਾ ਜਿਹੜਾ ਵਾ, ਉਹ 60,000 ਦਾ ਜੀ। ਇਹ 15,000 ਇਹ ਵਾਲੇ 400 ਦੀ ਇੱਥੇ ਨਾ, ਉਹ 400 ਦੀ ਸੋਲਟ ਸੇਮ ਹੁੰਦੇ ਲੇਕਿਨ ਅਸਰ ਹੀ ਨਹੀਂ ਕਰਦੀ ਚੀਜ਼। ਲਿਖਿਆ ਬੰਦਾ ਫਸਿਆ ਹੋਇਆ ਜਾਏ ਕਿੱਥੇ ਜਾਏ, ਜਿਹੜਾ ਉਹ ਟੀਕਾ ਰੂਮੀ ਪਲਾਸਟਿਕ, ਉਹ ਬਾਹਰਲਾ ਟੀਕਾ 60,000 ਦਾ, ਇੱਥੇ ਵਾਲਾ 3200 ਦਾ, 3200 ਵਾਲਾ ਅਸਰ ਹੀ ਨਹੀਂ ਕਰਦਾ। ਹਾਂਜੀ ਭੈਣ ਜੀ, ਪੇਸ਼ੈਂਟ ਕੌਣ ਹੈ, ਕਿਆ ਹੋ ਇਹਨੂੰ? ਇਹ ਕਿਡਨੀ ਦੁਬਾਰੇ ਟ੍ਰਾਂਸਪਲਾਂਟ ਇਹਨਾਂ ਦੀ ਹੋਈ ਹੈ ਯਾਰ। ਦਵਾਈ ਕਿਹੜੀ ਹੈ? ਦਵਾਈ ਤਾਂ ਇਹਨਾਂ ਨੇ 500 ਵਾਲੀ ਹੈ, ਮੈਂ ਦੇਖ ਕਿਹੜੀ, ਬਾਈਸੈਪਟ? ਨਹੀਂ, ਬਾਈਸੈਪਟ ਨਹੀਂ ਇਹਨਾਂ ਦੀ, ਇਹ ਦੇਖ। ਟ੍ਰਾਂਸਪਲਾਂਟ ਦੇ ਬਹੁਤ ਜ਼ਿਆਦਾ ਕੇਸ ਨੇ, ਹੈ ਨਾ, ਸਮਝ ਨਹੀਂ ਆਉਂਦਾ ਕਹੀ ਹੈ ਗਿਆ। ਹੁਣ ਪੋਸਟ ਟ੍ਰਾਂਸਪਲਾਂਟ ਵੀ, ਟ੍ਰਾਂਸਪਲਾਂਟ ਤੋਂ ਬਾਅਦ ਵੀ ਬੜੀ ਦਵਾਈਆਂ ਮਹਿੰਗੀਆਂ ਨੇ, 5-6 ਹਜ਼ਾਰ ਦੀ ਦਵਾਈ ਸਾਰੀ ਉਮਰ ਖਾਣੀ ਹੈ ਨਾ। ਇਹ ਹੁਣ ਇਹਨਾਂ ਦਾ ਦੁਬਾਰੇ ਹੋ ਗਿਆ ਜੀ, ਹਾਂ, ਇਹਨਾਂ ਦਾ ਦੁਬਾਰੇ ਸੈਕਿੰਡ ਟਾਈਮ ਕਿਡਨੀ ਫੇਲੀਅਰ ਹੈ। ਹਾਂਜੀ, ਔਰ ਇਹ ਕਹਿੰਦੇ ਵੀ ਸਾਨੂੰ ਇੱਕ 10,000 ਵਾਲਾ ਟੀਕਾ ਲੱਗਦਾ ਜੀ, ਇਹ ਵਾਲਾ, ਇਹ ਬੜਾ ਮਹਿੰਗਾ ਵਾ, ਆਮ ਗਰੀਬ ਬੰਦਾ ਕਿੱਥੋਂ ਲਵਾਏ, ਬੜੀ ਪ੍ਰੋਬਲਮ ਆ ਰਹੀ ਹੈ ਸਾਰੇ ਪਾਸੇ। ਡਾਇਲਿਸਿਸ ਕਰਾ ਕੇ ਭਾਜੀ ਬਸ ਹੋਈ ਹੁੰਦੀ ਹੈ। 10,000 ਦੀ ਰੁਪਿਆ ਨਹੀਂ ਦੱਸ, ਲੇਕਿਨ MG ਆ, 10,000 MG ਦਾ ਹਰ ਹਫ਼ਤੇ ਲੱਗਣਾ ਇਹਨਾਂ ਦਾ, 800 ਦਾ ਟੀਕਾ, 800 ਦਾ, 450 ਵਾਲਾ ਕਰ ਦਿਓ, ਦੋ ਕਰ ਦਿਓ, ਦੋ ਦੇ ਦੀ, ਹਫ਼ਤੇ 'ਚ ਇੱਕ ਕਰ ਦਿਓ। ਅੱਛਾ, ਹਫ਼ਤੇ 'ਚ ਇੱਕ ਕਰ ਦਿਓ, ਇੱਕ ਦੇ ਦੀ, ਦੇ ਦਿਓ। ਸਾਨੂੰ ਆਪਣੇ ਬਜਟ ਦੇ ਹਿਸਾਬ ਨਾਲ ਚੱਲਣਾ ਪੈਂਦਾ, 1,00,000 ਰੁਪਏ ਦਾ ਸਿਰਫ ਸਾਈ ਮੈਡੀਕਲ ਉਸ 'ਤੇ ਪੈਂਡਿੰਗ ਖੜ੍ਹਾ ਹੈ। 22 ਸੈਕਟਰ ਗੁਰਦੁਆਰਾ ਸਾਹਿਬ ਜੋ ਲੈਬੋਰਟਰੀ ਹੈ, ਉੱਥੇ 2023 ਜਨਵਰੀ ਤੋਂ ਬਿੱਲ ਪੈਂਡਿੰਗ ਖੜ੍ਹੇ ਸਾਡੇ, ਜੋ ਕਿ 1,50,000 ਤੋਂ ਉੱਪਰ ਖੜ੍ਹੇ ਨੇ, ਹੈ ਨਾ। ਇਸ ਤਰ੍ਹਾਂ ਸੰਗਤ ਲਗਾਤਾਰ ਸਹਿਯੋਗ ਕਰਦੀ ਹੈ, ਬਟ ਡਿਮਾਂਡ ਬੜੀ ਹਿਊਜ ਹੈ ਜੀ, ਪੇਸ਼ੈਂਟ ਬਹੁਤ ਜ਼ਿਆਦਾ ਹੈ। 650 ਪੇਸ਼ੈਂਟ ਤਾਂ ਸਿਰਫ PGI ਗੁਰਦੁਆਰੇ ਦੇ ਵਿੱਚ ਹੈ, ਜਿੱਥੇ ਅਲੱਗ ਅਲੱਗ ਦਵਾਈਆਂ ਦੇ ਵਿੱਚ ਲਗਾਤਾਰ ਸਹਿਯੋਗ ਚੱਲਦਾ ਨਾ। ਤਾਂ ਹੀ ਬੇਨਤੀਆਂ ਕਰਦੇ ਹਾਂ, ਸਾਡੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਹ ਕੋਈ ਲਗਜ਼ਰੀ ਦੀ ਗੱਲ ਨਹੀਂ ਹੈ, ਸਰਵਾਈਵਲ ਦੀ ਗੱਲ ਹੈ ਨਾ। ਇਹ ਬਹੁਤ ਜ਼ਰੂਰੀ ਸੇਵਾਵਾਂ ਚੱਲ ਰਹੀਆਂ ਲਗਾਤਾਰ, ਇੱਥੇ ਤੁਹਾਡੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਸਵੇਰੇ ਆਪਾਂ ਚਾਹ ਦੇ ਲੰਗਰ ਦੀ ਗੱਲ ਕਰ ਲੈਂਦੇ ਹਾਂ, 6 ਵਜੇ 6:30 ਵਜੇ ਲੰਗਰ ਸ਼ੁਰੂ ਹੁੰਦਾ ਨਾ, ਇਹਦੀ ਤਿਆਰੀ ਸਵੇਰੇ 3:30 ਵਜੇ ਸ਼ੁਰੂ ਹੁੰਦੀ ਹੈ। 3:30 ਵਜੇ ਤਾਂ ਤੁਰਦੇ ਹਾਂ, ਲੇਕਿਨ ਅਸੀਂ ਵਿਹਲੇ ਨਹੀਂ ਹੈਗੇ, ਅਸੀਂ ਇੱਕ ਦਿਨ ਪਹਿਲਾਂ ਸ਼ੁਰੂ ਕਰਦੇ ਸੇਵਾਵਾਂ ਇਹਦੇ, ਹੈ ਨਾ, ਸੰਗਤ ਸਹਿਯੋਗ ਕਰਨਾ ਸ਼ੁਰੂ ਕਰਦੀ ਹੈ। ਇਹ ਸਾਰੇ ਮੁੰਡੇ ਕੁੜੀਆਂ ਭੈਣਾਂ ਵਿਹਲੇ ਨਹੀਂ ਹੈਗੇ, ਇਹ ਪੈਸ਼ਨ ਹੈ, ਡਿਟਰਮੀਨੇਸ਼ਨ ਹੈ ਸੇਵਾ ਦੀ, ਇਹ ਤਾਂ ਆਉਂਦੇ ਨੇ। ਕਿਸੇ ਦੀ ਜੋਬ ਹੈ, ਉਹ ਦੇਖੋ DGP ਸਿਕਿਉਰਿਟੀ 'ਚ ਨੇ, ਉਹ ਉਹਨਾਂ ਦੀ ਕਰਿਆਨੇ ਦੀ ਸ਼ੋਪ ਹੈ, ਇਹ ਸਟੂਡੈਂਟ ਹੈ ਮਾਸਟਰਸ ਦਾ ਪੰਜਾਬ ਯੂਨੀਵਰਸਿਟੀ, ਉਹ ਆਪਣੀ ਛੁੱਟੀ ਕੱਟਣ ਆਏ ਨੇ, ਉਹ ਸਵੇਰੇ ਸਵੇਰੇ ਅੰਕਲ ਉੱਠ ਕੇ ਆਏ ਨੇ, ਸੋ ਆਹ ਭਾਜੀ ਵੀ ਹੈ, ਸਭ ਆਪਣੀ ਆਪਣੀ ਅਲੱਗ ਅਲੱਗ ਪ੍ਰੋਫੈਸ਼ਨ ਤੋਂ ਬਿਲੋਂਗ ਕਰਦੇ ਆ, ਸਟੂਡੈਂਟਸ ਹੈ, ਰਿਟਾਇਰਡ ਪਰਸਨ ਹੈ, ਬਿਜ਼ਨਸਮੈਨ ਹੈ, ਜੋਬ ਵਾਲੇ ਨੇ, ਸਾਰੇ ਆਪਣੀ ਆਪਣੀ ਅਲੱਗ ਅਲੱਗ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਆ। ਸਵਾਸਥ ਸੰਗਤ ਨੂੰ ਬੇਨਤੀ ਕਰਦੇ ਹਾਂ, ਜ਼ਰੂਰ ਜੁੜਿਆ ਕਰੋ, ਬਹੁਤ ਜ਼ਰੂਰੀ ਸੇਵਾਵਾਂ ਚੱਲ ਰਹੀਆਂ ਨੇ, ਲਾਈਫ ਸੇਵਿੰਗ, ਹੈ ਨਾ, ਲਾਈਫ ਚੇਂਜਿੰਗ ਸੇਵਾ ਚੱਲ ਰਹੀ ਹੈ, ਤੁਹਾਡੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਵੀਡੀਓ ਸ਼ੇਅਰ ਕਰਨੇ ਬਿਲਕੁਲ ਨਾ ਭੁੱਲੋ। ਤੁਹਾਨੂੰ ਵਟਸਐਪ ਤੋਂ ਲੈ ਕੇ ਇੰਸਟਾ ਫੇਸਬੁੱਕ 'ਤੇ ਮਿਲ ਰਹੇ ਨੇ, ਤਾਂ ਮੈਂ ਥੋੜ੍ਹੀ ਜਿਹੀ ਮੈਨੇਜ ਕਰ ਲਾਂ, ਇਹ ਵੀ ਜ਼ਰੂਰੀ ਸੇਵਾਵਾਂ ਨੇ, ਸੋ ਬਹੁਤ ਜ਼ਰੂਰੀ ਹੋਈ ਜੀ, ਅਲੱਗ ਅਲੱਗ ਸੇਵਾਵਾਂ ਚੱਲ ਰਹੀਆਂ, ਤੁਹਾਨੂੰ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਲਗਾਤਾਰ। ਉਹ ਵਾਹਿਗੁਰੂ, ਤੁਸੀਂ ਸਾਡੇ ਨਾਲ, ਚਾਹ ਪੱਤੀ ਚਾਹੀਦੀ ਹੁੰਦੀ ਹੈ ਇੱਥੇ, ਬ੍ਰੈਡ ਚਾਹੀਦੀ ਹੁੰਦੀ ਹੈ, ਅਤੇ ਬਾਕੀ
ਡਿਸਪੋਜ਼ੇਬਲ ਗਲਾਸ ਤੋਂ ਲੈ ਕੇ ਚੀਨੀ ਜੋ ਆਪਾਂ ਚਾਹ ਦੇ ਵਿੱਚ ਸਾਰਾ ਸੇਵਾ ਸਹਿਯੋਗ ਚੱਲਦੇ ਚਾਹੀਦਾ ਹੁੰਦਾ, ਉਹ ਲਗਾਤਾਰ ਚਾਹੀਦਾ ਹੁੰਦਾ ਸਾਨੂੰ ਵੀ, ਦਵਾਈਆਂ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਸੇਵਾ ਦੀ ਸਹਿਯੋਗ ਚਾਹੀਦਾ। ਵੀਡੀਓ ਸ਼ੇਅਰ ਕਰਨੀ ਬਿਲਕੁਲ ਨਾ ਭੁੱਲਿਓ, ਜ਼ਿੰਦਗੀਆਂ ਬਚਾਉਣ ਦੇ ਵਿੱਚ ਜ਼ਰੂਰ ਸਹਿਯੋਗ ਕਰਿਓ।